ਅਸਲਾਮ ਅਲੈਕੁਮ ਭਾਈ ਤੈਰ। ਵਾਲੇਕੁਮ ਸਲਾਮ ਜੀ ਮਲ ਸਾਹਿਬ। ਭਾਈ ਤੈਰ ਕੀ ਹਾਲ ਨੇ? ਅੱਲਾ ਦੇ ਕਰਮ ਸਰ। ਇਹ ਯੂਟਿਊਬ ਦੀ ਖਿਲਾਫ ਵਰਜ਼ੀ ਹੈ ਜਿਹੜੀ ਤੁਸੀਂ ਸਿਗਰਟ ਲਾ ਲਈ ਹੈ? ਨਹੀਂ ਨਹੀਂ, ਯੂਟਿਊਬ ਦੀ ਕੋਈ ਖਿਲਾਫ ਵਰਜ਼ੀ ਨਹੀਂ। ਚਲੋ ਤੇ ਇਹ ਦੱਸੋ ਭਾਈ ਤੈਰ, ਗੱਡੀ ਕਿਹੜੀ ਹੈ ਤੁਹਾਡੇ ਕੋਲ? ਮੇਰੇ ਕੋਲ ਸਰ ਵਾਲਵੋ ਗੱਡੀ 2006 ਮਾਡਲ FH। ਅੱਛਾ, ਹਾਂਜੀ। 2006 ਮਾਡਲ ਤਾਂ ਬਾਈ ਤਿਆਰ ਖਤਮ ਨਹੀਂ ਹੋ ਗਈ ਹੁਣ? ਸਾਊਦੀ ਅਰੇਬੀਆ ਦਾ ਟਾਈਮ ਪੂਰਾ ਨਹੀਂ ਹੋ ਗਿਆ? ਨਹੀਂ ਜੀ, ਅਜੇ ਤੀਕਰ 2004 ਮਾਡਲ ਤੀਕਰ ਖਤਮ ਹੋਈਆਂ। ਅੱਛਾ, 2025 ਜਿਸ ਟਾਈਮ ਚੜੇਗਾ ਤੇ 2005 ਮਾਡਲ ਖਤਮ ਹੋ ਗਿਆ। ਤੇ ਇਹ ਬਾਈ ਤਿਆਰ ਕਿੰਨੇ ਸਾਲ ਹੋ ਗਏ ਤੁਹਾਨੂੰ ਗੱਡੀ ਚਲਾਉਂਦੇ ਆ? ਮੈਨੂੰ ਹੋ ਗਿਆ ਜੀ ਗੱਡੀ ਚਲਾਉਂਦੇ ਆ ਪਿਆ ਤਕਰੀਬਨ 8.5 ਸਾਲ। 8.5 ਸਾਲ ਤੁਸੀਂ ਵਾਲਵੋ ਗੱਡੀ ਚਲਾਈ ਹੈ ਸਾਊਦੀ ਅਰੇਬੀਆ ਚ? ਨਹੀਂ, ਮੈਂ ਤਕਰੀਬਨ ਸਾਰੀਆਂ ਗੱਡੀਆਂ ਚਲਾਈਆਂ ਨੇ ਸਰ। ਤੁਹਾਡਾ ਐਕਸਪੀਰੀਅੰਸ ਕਿਹਾ ਰਿਹਾ, ਕਿਹੜੀ ਗੱਡੀ ਤੁਹਾਨੂੰ ਸਾਰਿਆਂ ਤੋਂ ਠੀਕ ਲੱਗੀ? ਮੈਂ ਕੰਪਨੀ ਦੀ 3 ਸਾਲ ਗੱਡੀ ਚਲਾਈ ਮਾਨ। ਅੱਛਾ, ਕੀ ਬਾਤ ਹੈ, ਲਤਫਾ ਆ ਗਿਆ ਜੀ, ਬੜੀ ਬਿਹਤਰੀਨ ਗੱਡੀ ਸੀ। ਭਾਈ ਤਿਆਰ, ਜਿਹੜਾ ਤੁਸੀਂ ਸ਼ੀਸ਼ੇ ਤੇ ਕਲਮਾ ਸ਼ਰੀਫ ਲਿਖਿਆ ਹੈ, ਇਹਦੀ ਵਜ੍ਹਾ ਤੋਂ ਮੁਖਾਲਫਾ ਵਗੈਰਾ ਆਉਂਦੇ ਨੇ ਸਾਊਦੀਆ ਚ? ਹੋ ਜਾਂਦਾ? ਬਿਲਕੁਲ ਹੋ ਜਾਂਦਾ ਜੀ, ਮੈਨੂੰ ਇੱਕ ਵਾਰੀ ਹੋਇਆ ਵੀ ਹੈ। ਅੱਛਾ, ਲੇਕਿਨ ਮੇਰੀ ਜ਼ਰੂਰਤ ਨਹੀਂ ਪਈ ਜੀ ਮੈਂ ਮਟਾਉਣ ਦਾ। ਚਲੋ ਜੀ, ਮਾਸ਼ਾਅੱਲਾ। ਤੇ ਭਾਈ ਤਿਆਰ ਇਹ ਦੱਸੋ ਵੀ ਲੋਡ ਸਵੇਰੇ ਕੋਈ ਤੁਹਾਡੇ ਕੋਲ ਆਇਆ ਹੁਣ ਲੋਡ ਕਰਨ? ਇਨਸ਼ਾਅੱਲਾ ਸਵੇਰ ਲੋਡ ਬਾਈ ਕਰਨਾ ਹੈ ਸ਼ਰਮੇ ਦਾ, ਖਰੇ ਤੋਂ ਰਾਤੀ ਇਨਸ਼ਾਅੱਲਾ ਟੁਰ ਜਾਣਾ ਲੋਡ ਕਰਨ, ਸਵੇਰ ਜਾ ਕੇ ਲੋਡ ਕਰਾਂਗੇ। ਠੀਕ ਹੋ ਗਿਆ। ਤੇ ਬਾਈ ਤੈਰ ਇਹਦੇ ਚ ਕਿੰਨੇ ਗੇਅਰ ਨੇ ਤੇ ਇਹਦਾ ਕੀ ਸਿਸਟਮ ਹੈ? ਇਹਦੇ ਬਾਈ ਜੀ ਗੇਅਰ ਨੇ ਟੋਟਲ 6, ਇੱਕ ਰਵਾਰਾ 7 ਗੇਅਰ ਨੇ ਟੋਟਲ, ਜਾਂ ਇਹਦੇ ਤੁਸੀਂ 8 ਗੇਅਰ ਵੀ ਆ ਸਕਦੇ ਹੋ ਟੋਟਲ। ਇੱਕ ਇਹਦੇ ਵਿੱਚ ਸਲੋ ਗੇਅਰ ਹੈ ਜਿਹਦੇ ਉੱਤੇ 80 ਲਿਖਿਆ ਹੈ। ਠੀਕ ਹੈ, ਇਹ ਬਿਲਕੁਲ ਸਲੋ ਹੋ ਜਾਂਦਾ ਇਹਨੂੰ ਜਿੰਨੀ ਵੀ ਰੇਸ ਦਿਓ, ਇਹਨੇ ਆਪਣੀ ਸਪੀਡ ਨਾ ਵਧਾਉਣੀ ਨਾ ਘਟਾਉਣੀ, ਇਹਦੀ ਇੱਕ ਹੀ ਸਪੀਡ ਰਹਿੰਦੀ। ਠੀਕ ਬਾਈ ਤਾਰ, ਇਹ ਮੈਂ ਗੇਅਰਾਂ ਦਾ ਤਾਂ ਤੁਹਾਡੇ ਕੋਲ ਪੁੱਛਿਆ ਕਿਉਂਕਿ ਮੇਰੇ ਕੋਲ ਗੱਡੀ ਦੂਸਰੀ MP4 ਹੈ ਆਟੋਮੈਟਿਕ, ਮੈਂ ਤੇ ਗੱਡੀ ਚਲਾਈ ਨਹੀਂ, ਬਦੂਨ ਕਲੱਚ ਹੈ ਮੇਰੇ ਕੋਲ। ਤੇ ਇਹ ਦੱਸੋ ਕਿ ਤੁਹਾਡੀ ਗੱਡੀ ਤੇ ਦੂਸਰੀਆਂ ਆਟੋਮੈਟਿਕ ਗੱਡੀਆਂ 'ਚ ਕੋਈ ਫਰਕ ਹੈ? ਕਾਫੀ ਜ਼ਿਆਦਾ ਫਰਕ ਹੈ। ਉਹ ਕਿਸ ਤਰ੍ਹਾਂ? ਜਿਹੜੇ ਬੰਦੇ ਗੱਡੀ ਆਟੋਮੈਟਿਕ ਚਲਾਉਂਦੇ ਨੇ ਉਹ ਆਟੋਮੈਟਿਕ ਹੀ ਪ੍ਰੈਫਰ ਕਰਦੇ ਨੇ ਜ਼ਿਆਦਾਤਰ, ਕਿਉਂ ਜੇ ਉਹ ਇੱਕ ਆਰਾਮ ਦੇ ਸਕੂਨ ਦੇ ਗੱਡੀ ਹੈ, ਉਹਦੇ ਵਿੱਚ ਡਰਾਈਵਰ ਨੂੰ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ, ਬਸ ਗੇਅਰ ਲਾ ਦਿਓ ਬੈਠੇ ਰਹੋ, ਚਿਲ ਪ੍ਰੋਗਰਾਮ। ਇਸ ਗੱਡੀ ਜਿਹੜੀ ਅੱਜ ਦੀ ਗੱਡੀ ਹੁੰਦੀ ਹੈ ਗੇਅਰ ਕਲੱਚ ਵਾਲੀ, ਇਹਦਾ ਇਹ ਫਾਇਦਾ ਹੁੰਦਾ ਕਿ ਇਹ ਬਾਅਦ ਜਗ੍ਹਾ ਉੱਤੇ ਕੱਚਿਆਂ ਰੋਡਾਂ ਉੱਤੇ ਜਾਂ ਕਈ ਦੀਆਂ ਜਗ੍ਹਾ ਉੱਤੇ ਬੜੀ ਕਾਮਯਾਬ ਹੈ। ਫਸ ਜਾ ਕਿਧਰੇ ਤੇ ਇਹਨੂੰ ਤੁਸੀਂ ਕਲੱਚ ਨਾਲ ਝਟਕਾ ਦੇ ਸਕਦੇ ਹੋ, ਵੱਧ ਕੱਟੇ ਜਾਵੇ, ਜਿਵੇਂ ਬੰਦਾ ਡਰਾਈਵਰ ਹੋ ਜਾਂਦਾ ਫਿਰ ਬੰਦੇ ਨੂੰ ਤਜਰਬਾ ਹੁੰਦਾ, ਲੇਕਿਨ ਇਹਦਾ ਫਿਰ ਥੋੜ੍ਹਾ ਜਿਹੀ ਮੁਸੀਬਤ ਤੇ ਬੰਦੇ ਨੂੰ ਔਖਾ ਦੇਣਾ ਪੈਂਦਾ। ਭਾਈ ਤੈਰ, 7-8-9 ਸਾਲ ਤੁਹਾਨੂੰ ਗੱਡੀ ਚਲਾਉਂਦੇ ਹੋ ਗਏ, ਤਕਰੀਬਨ ਤੁਸੀਂ ਮਿਸਤਰੀ ਤਾਂ ਹੁਣ ਆਪ ਬਣ ਗਏ ਉਸ ਵਿੱਚ? ਕਾਫੀ ਹੱਦ ਤੱਕ ਕਰ ਲਈਦਾ ਜੀ ਰੋਡ ਉੱਤੇ, ਅੱਲਾ ਮਾਫ ਕਰੇ ਜੇ ਕਿਧਰੇ ਕੋਈ ਵਾਧਾ ਘਾਟਾ ਹੋ ਜਾਏ, ਤੇ ਬਾਕੀ ਕੰਮ ਚੱਲਦਾ ਚਲਾਉਂਦੇ ਜੀ। ਪਹਿਲੇ ਵੀ ਮੈਂ ਵੇਖੀਆਂ ਨੇ 1-2 ਛੋਟੀਆਂ ਛੋਟੀਆਂ ਤੁਹਾਡੀਆਂ ਕਲਿਪਸ ਚੜੇ ਹੋਏ ਨੇ ਵੀਡੀਓ ਉੱਤੇ, ਉਹ ਤਾਂ ਮੈਂ ਕੋਸ਼ਿਸ਼ ਕਰ ਰਿਹਾ ਸਾਂ ਵੀਡੀਓ ਬਣਾਉਣ ਦੀ, ਮੈਂ ਟਰਾਈ ਮਾਰ ਰਿਹਾ ਸਾਂ ਕਿ ਆਪਣੇ ਬੋਲਣ ਤੋਂ ਬਗੈਰ ਹੀ ਕੋਈ ਕੰਮ ਚੱਲ ਜਾਏ। ਨਹੀਂ ਤੂੰ ਬੋਲੇ ਬਗੈਰ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਜੱਟ ਸਾਹਿਬ, ਤਾਂ ਕੋਸ਼ਿਸ਼ ਤੁਸੀਂ ਆਪ ਹੀ ਕਰਨੀ ਹੈ। ਮਾਸ਼ਾਅੱਲਾ ਬੜੀ ਅੱਛੀ ਕੋਸ਼ਿਸ਼ ਹੈ, ਅਤੇ ਉਮੀਦ ਹੈ ਕਿ ਤੁਸੀਂ ਲੋਕਾਂ ਨੂੰ ਗੱਡੀ ਦੇ ਬਾਰੇ ਅਤੇ ਸਾਊਦੀ ਅਰੇਬੀਆ ਦੇ ਬਾਰੇ ਅੱਛੀ ਇਨਫੋਰਮੇਸ਼ਨ ਦਿਓਗੇ ਜਿੰਨੀ ਸਾਨੂੰ ਆਉਂਦੀ, ਦੱਸਾਂਗੇ ਹੌਲੀ ਹੌਲੀ ਕਰ। ਅੱਛਾ ਬਾਈ ਤਾਰ, ਕੋਈ ਕਿਸੇ ਕਿਸਮ ਦੀ ਇਨਫੋਰਮੇਸ਼ਨ ਲੈਣੀ ਹੋਵੇ ਤੇ ਉਰਦੂ 'ਚ ਕਮੈਂਟ ਕਰਨਾ ਬਾਈ, ਇੰਗਲਿਸ਼ ਮੈਂ ਟ੍ਰਾਂਸਲੇਟ ਕਰ। ਬਾਈ ਹੋਰਾਂ ਦੀ ਇੰਗਲਿਸ਼ ਥੋੜ੍ਹੀ ਜਿਹੀ ਢਿੱਲੀ ਹੈ ਤੇ ਵਾਵਾ ਢਿੱਲੀ ਸੀ, ਨਹੀਂ ਕਿਤੇ ਹੱਥ ਪੈਰ ਮਾਰ ਵੀ ਲੈਂਦੇ ਨੇ, ਲੇਕਿਨ ਇੰਗਲਿਸ਼ ਬੜੀ ਢਿੱਲੀ ਹੈ। ਕੋਸ਼ਿਸ਼ ਕਰਿਆ ਜੇ ਵੀ ਉਰਦੂ ਲਿਖਿਆ ਜੇ ਤੇ ਇਨਸ਼ਾਅੱਲਾ ਤੁਹਾਨੂੰ ਜਵਾਬ ਜ਼ਰੂਰ ਦੇਣਗੇ, ਜਿਹੜਾ ਉਹਨਾਂ ਦੇ ਸਵਾਲ ਸਮਝ 'ਚ ਆ ਗਿਆ ਨਾ, ਜਿੱਦਾਂ ਹੋ ਸਕਦਾ ਸਵਾਲ ਜਵਾਬ ਤੁਹਾਨੂੰ ਦੇਣਗੇ। ਅੱਛਾ ਬਾਈ ਤਾਰ, ਇਹ ਦੱਸੋ ਤੁਸੀਂ ਵੀ ਜਦੋਂ ਸਾਊਦੀ ਅਰੇਬੀਆ ਆਏ ਸੀ ਤਕਰੀਬਨ ਕਿਤਨੀ ਉਮਰ ਸੀ ਤੁਹਾਡੀ? ਵੈਸੇ ਕੈਮਰੇ ਤੇ ਗੱਲ ਦੱਸਣ ਵਾਲੇ ਨਹੀਂ, ਲੇਕਿਨ ਮੇਰੀ 17 ਸਾਲ ਉਮਰ ਸੀ। ਮੈਂ ਪਾਕਿਸਤਾਨ ਹੈ ਤੁਹਾਨੂੰ ਪਤਾ, ਸਾਰੇ ਜੁਗਾੜ ਹੋ ਜਾਂਦੇ,
ਜੁਗਾੜ ਕਰਕੇ 21 ਸਾਲ ਕਰ ਗਿਆ। ਪਾਕਿਸਤਾਨ ਚ ਬਾਈ ਤਾਰ ਤੁਸੀਂ ਗੱਡੀ ਨਹੀਂ ਚਲਾਈ? ਨਹੀਂ, ਉੱਥੇ ਇੱਕ ਆਪਣੀ ਰੱਖੀ ਸੀ ਡੌਂਕੀ ਕਰੋਲਾ। ਅੱਛਾ, ਉਹ ਚਲਾਈ। ਮਤਲਬ ਡੌਂਕੀ ਤੋਂ ਬਾਅਦ ਸਿੱਧਾ ਟੈਂਕ ਤੇ ਹੀ ਆ ਗਏ ਤੁਸੀਂ? ਹਾਂਜੀ। ਠੀਕ ਠੀਕ ਠੀਕ, ਯਾਨੀ ਕਿ ਤੁਹਾਡਾ 8 ਸਾਲਾਂ ਦਾ ਐਕਸਪੀਰੀਅੰਸ ਕੈਸਾ ਰਿਹਾ ਇੱਥੇ? ਪਤਾ ਨਹੀਂ ਲੱਗਾ ਯਾਰ, ਲੇਕਿਨ ਬਿਹਤਰੀਨ ਆ ਅਲਹਮਦੁਲਿਲਾ। ਚਲੋ ਮਾਸ਼ਾਅੱਲਾ, ਉਮੀਦ ਹੈ ਜੀ ਤੁਹਾਡਾ ਚੈਨਲ ਇਨਸ਼ਾਅੱਲਾ ਜਿਹੜਾ ਨਾ ਉਹ ਇੰਪਰੂਵ ਹੋ ਸੀ, ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਆਣ, ਤੇ ਸਾਡੀ ਦੁਆ ਇਹ ਹੀ ਹੈ ਕਿ ਅੱਲਾ ਤੁਹਾਨੂੰ ਵੀ ਹਦਾਇਤ ਦੇਵੇ, ਅਤੇ ਜਿਹੜਾ ਦੋਸਤ ਬਾਪ ਕੋਈ ਤੁਹਾਨੂੰ ਕਮੈਂਟਸ 'ਤੇ ਸਵਾਲ ਪੁੱਛੇ ਉਹ ਕੋਸ਼ਿਸ਼ ਕਰਨੀ ਵੀ ਉਹਨੂੰ ਜਵਾਬ ਸਹੀ ਦੇਣਾ ਹੈ। ਕੋਸ਼ਿਸ਼ ਕਰਾਂਗੇ। ਠੀਕ ਹੈ ਨਾ। ਹਾਂ, ਅਤੇ ਬਾਕੀ ਇਹ ਦੱਸੋ ਵੀ ਸਾਊਦੀ ਅਰਬ 'ਤੇ ਕਿਹੜਾ ਸ਼ਹਿਰ ਹੈ ਜਿਹੜਾ ਤੁਸੀਂ ਅਜੇ ਤੱਕ ਨਹੀਂ ਵੇਖਿਆ? ਮੇਰੇ ਖਿਆਲ ਵਿੱਚ ਤਾਂ ਐਸਾ ਕੋਈ ਸ਼ਹਿਰ ਨਹੀਂ ਜਿਹੜਾ ਮੈਂ ਨਾ ਵੇਖਿਆ ਹੋਵੇ ਸਾਊਦੀ ਅਰਬ ਦਾ, ਲੇਕਿਨ ਹੋ ਸਕਦਾ ਕੋਈ ਪਿੰਡ ਛਿੰਡ ਸ਼ਾਇਦ ਛੋਟਾ ਮੋਟਾ ਰਹਿ ਗਿਆ ਹੋਵੇ। ਅੱਜ ਅਸੀਂ ਤੁਹਾਡੇ ਕੋਲ ਪੁੱਛਣਾ ਜਨਰਲ ਸਵਾਲ, ਮਤਲਬ ਜਿਹੜਾ ਸਵਾਲ ਇੱਥੇ ਆਇਆ ਪੁੱਛ ਛੱਡਿਆ। ਹਾਂ, ਨੈਕਸਟ ਟਾਈਮ ਇਨਸ਼ਾਅੱਲਾ ਅਸੀਂ ਕੋਈ ਨਾ ਕੋਈ ਇੱਕ ਪ੍ਰੋਗਰਾਮ ਪੂਰਾ ਲੈ ਕੇ ਆਵਾਂਗੇ, ਉਹਦੇ ਮੁਤਾਬਕ ਤੁਹਾਡੇ ਕੋਲ ਸਵਾਲ ਜਵਾਬ ਕੀਤਾ ਜਾ ਸਕੇ। ਚਲੋ, ਤੇ ਹੁਣ ਤੁਸੀਂ ਕੀ ਕੋਸ਼ਿਸ਼ ਕਰ ਰਹੇ ਹੋ ਵੀ ਗੱਡੀ ਨਵੀਂ ਖਰੀਦੋਗੇ ਇਨਸ਼ਾਅੱਲਾ ਅਗਲੇ ਸਾਲ? ਇਨਸ਼ਾਅੱਲਾ ਜੀ, ਇਹ ਗੱਡੀ ਦੇ ਬਾਰੇ ਜਿਹੜੇ ਮਾਮਲਾਤ ਨੇ ਵੀਡੀਓ 'ਤੇ ਡਿਸਕਸ ਖੋਲ੍ਹ ਕੇ ਫਿਲਹਾਲ ਕੀਤੇ ਨਹੀਂ ਜਾ ਸਕਦੇ, ਮੈਨੂੰ ਇਹਦੇ ਬਾਰੇ ਐਡਾ ਯੂਟਿਊਬ ਦੇ ਬਾਰੇ ਪਤਾ ਨਹੀਂ ਕਿਹੜੀ ਸ਼ਾਇਦ ਦੀ ਵਾਇਲੇਸ਼ਨ ਨਾ ਹੋ ਜਾਏ ਕਿਸੇ ਦੀ, ਅਤੇ ਤਾਂ ਵਾਸਤੇ ਹੋਰ ਗੱਡੀਆਂ ਵਾਲੇ ਨਿਜ਼ਾਮ ਤੁਹਾਨੂੰ ਪਤਾ, ਗੱਡੀ ਤੋਂ ਬਗੈਰ ਗੁਜ਼ਾਰਾ। ਵਾਇਲੇਸ਼ਨ ਤਾਂ ਮੇਰੇ ਗੱਲ ਤੁਸੀਂ ਸਭ ਤੋਂ ਵੱਡੀ ਸਿਗਰਟ ਵਾਲੀ ਕਰ ਦਿੱਤੀ ਹੈ। ਨਹੀਂ, ਇਹ ਸਿਗਰਟ ਕੋਸ਼ਿਸ਼ ਕੀਤੀ ਜਾ ਰਹੀ ਯੂਟਿਊਬ ਦੀ ਵਾਇਲੇਸ਼ਨ ਨਹੀਂ ਹੈ ਇਹਦੇ 'ਤੇ, ਹੁਣ ਤੁਸੀਂ ਲਿਖ ਕੇ ਵੀ ਲਾਉਣਾ ਵੀ ਸਿਗਰਟ ਤੰਬਾਕੂ ਨੋਸ਼ੀ ਸਿਹਤ ਕੇ ਲਈ ਨੁਕਸਾਨ ਤੇ, ਚਲੋ ਜੀ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ। ਇਨਸ਼ਾਅੱਲਾ ਨੈਕਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਨਾ, ਜ਼ਰੂਰ ਤੁਹਾਡੇ ਕੋਲ ਪੁੱਛਿਆ ਜਾ ਸੀ ਕਿ ਤੁਹਾਡਾ ਟ੍ਰਿਪ ਕੱਲ੍ਹ ਕਿੱਥੋਂ ਲੋਡ ਕਰ ਰਹੇ ਹੋ ਤੇ ਕਿੱਥੇ ਜਾ ਰਹੇ ਹੋ? ਅਲ ਖਰਈ ਤੋਂ ਸ਼ਰਮਾ। ਇਹ ਕਿਤਨੇ ਕਿਲੋਮੀਟਰ ਬਣ ਜਾਣਾ ਸਫ਼ਰ? 1600 ਕਿਲੋਮੀਟਰ। ਤੇ ਇਹ ਬਾਈ ਤਾਰ 1600 ਕਿਲੋਮੀਟਰ ਕਿਤਨੇ ਕੁ ਦਿਨਾਂ 'ਚ ਤੁਸੀਂ ਚੱਕਰ ਮਾਰ ਜਾ ਸਫ਼ਰ? 100-200 ਦਿਨ ਜਾਂ 150 ਦਿਨ। ਤੇ ਵਾਪਸੀ ਲੋਡ ਕਰਕੇ ਇਨਸ਼ਾਅੱਲਾ ਆਓਗੇ ਫਿਰ? ਠੀਕ ਹੋ ਗਿਆ ਬਾਈ ਤਾਰ, ਬਹੁਤ ਸ਼ੁਕਰੀਆ ਕੀਮਤੀ ਟਾਈਮ ਦਿੱਤਾ ਤੁਸੀਂ। ਓਕੇ ਸਰ, ਜਜ਼ਾਕ ਅੱਲਾਹ।